ਜਲੰਧਰ ਦੇ ਆਦਮਪੁਰ ਨੇੜਲੇ ਪਿੰਡ ਚੂੜਵਾਲੀ ਵਿਖੇ ਨੌਜਵਾਨ ਦੀ ਬੀਤੇ ਦਿਨ ਹੋਈ ਮੌਤ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਆਦਮਪੁਰ ਥਾਣਾ ਪੁਲਿਸ ਖਿਲਾਫ ਰੋਸ ਜ਼ਾਹਰ ਕੀਤਾ ਹੈ। ਇਸ ਸੰਬੰਧੀ ਮ੍ਰਿਤਕ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਉਸਦੇ ਭਰਾ ਨਰੇਸ਼ ਕੁਮਾਰ ਨੂੰ ਬੀਤੀ 12 ਅਕਤੂਬਰ ਨੂੰ ਕੁਝ ਨੌਜਵਾਨਾਂ, ਜੋ ਕਿ ਪੁਲਿਸ ਦੇ ਮੁਖਬਿਰ ਦੱਸੇ ਜਾ ਰਹੇ ਹਨ, ਨੇ ਰੰਜਿਸ਼ ਦੇ ਚੱਲਦਿਆਂ ਮਾਰਕੁੱਟ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪੁਲਿਸ ਵਾਲੇ ਸਾਰੀ ਰਾਤ ਨਰੇਸ਼ ਨਾਲ ਮਾਰਕੁੱਟ ਕਰਦੇ ਰਹੇ ਅਤੇ ਅਗਲੇ ਦਿਨ ਪੁਲਿਸ ਨੇ ਉਸ ਉੱਪਰ ਚੂਰਾ ਪੋਸਟ ਦਾ ਪਰਚਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ। ਜੇਲ੍ਹ ਵਿੱਚ ਨਰੇਸ਼ ਦੀ ਹਾਲਤ ਖਰਾਬ ਹੋ ਗਈ, ਜਿਸ ਨੂੰ ਕਿ ਪਹਿਲਾਂ ਸਿਵਲ ਹਸਪਤਾਲ ਕਪੂਰਥਲਾ ਅਤੇ ਹਾਲਤ ਗੰਭੀਰ ਹੋਣ 'ਤੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਜਿੱਥੇ ਕਿ ਜਮਾਨਤ ਹੋਣ ਤੋਂ ਬਾਅਦ ਪੁਲਿਸ ਨੇ ਉਸੇ ਹਾਲਤ ਵਿੱਚ ਨਰੇਸ਼ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਅਤੇ ਬੀਤੇ ਦਿਨ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦ ਤੱਕ ਪੁਲਿਸ ਦੋਸ਼ੀ ਪੁਲਿਸ ਮੁਲਾਜ਼ਮਾਂ ਅਤੇ ਮਾਰਕੁੱਟ ਕਰਨ ਵਾਲੇ ਨੌਜਵਾਨਾਂ ਖਿਲਾਫ਼ ਕਾਰਵਾਈ ਨਹੀਂ ਕਰਦੀ, ਉਹ ਨਰੇਸ਼ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। 12 ਅਕਤੂਬਰ ਦੀ ਗੱਲ ਆ ਜੀ, ਬ੍ਰਦਰ ਮੇਰਾ ਛੋਟਾ ਸਵੇਰੇ 9:30 ਵਜੇ ਘਰੋਂ ਗਿਆ, ਵੀ ਸਾਡਾ ਲੇਸਡੀਵਾਲ ਤੋਂ 2 ਕਿਲੋਮੀਟਰ ਪਿੰਡਾਂ ਚੂੜਵਾਲੀ ਇਹਨਾਂ ਬੰਦਿਆਂ ਨੇ ਨਾ, ਇੱਕ ਸਤਨਾਮ ਸਿੰਘ ਬੰਦਾ ਸੀ, ਧਰਮਪਾਲ ਦਾ ਜੀਜਾ ਸਤਨਾਮ ਸਿੰਘ, ਨਾਲ ਉਹਦੇ 2 ਲੜਕੇ ਸੀ, ਨਾਲ 4-5 ਬੰਦੇ ਹੋਰ ਸੀ, 5-6 ਮੋਟਰਸਾਈਕਲਾਂ 'ਤੇ ਸੀ। ਇਹਨਾਂ ਨੇ ਜਦੋਂ ਮੇਰਾ ਨਾ ਬ੍ਰਦਰ ਉਧਰੋਂ ਆਉਂਦਾ ਦੇਖਿਆ, ਇਹਨਾਂ ਨੇ ਲੋਕੇ ਖੜ੍ਹੇ ਸੀਗੇ, ਇਹਨਾਂ ਨੇ ਆਣ ਕੇ ਇਹਨੂੰ ਘੇਰਾ ਪਾ ਲਿਆ। ਉਹ ਕਹਿੰਦਾ ਤੁਸੀਂ ਕੌਣ ਆ? ਇਹ ਕਹਿੰਦੇ ਅਸੀਂ CA ਸਟਾਫ ਵਾਲੇ ਹਾਂ, ਨਕਲੀ ਪੁਲਿਸ ਬਣ ਗਈ। ਇਹਨਾਂ ਨੇ ਫੜ ਗਏ ਜੀ ਸਰ, ਉਹਨੂੰ ਉਹਨਾਂ ਕੁੱਟਿਆ, ਚੰਗਾ ਕੁੱਟਿਆ, ਉੱਥੇ ਕਟਾਪਾ ਲਾਇਆ ਰੂਹ ਨਾ। ਫਿਰ ਇਹਨਾਂ ਦੀ ਉਹਦੀ ਵੀਡੀਓ ਬਣਾਈ ਇਹਨਾਂ ਨੇ ਬੰਦਿਆਂ ਨੇ, ਉਹਨਾਂ ਨੇ ਕੁੱਟ ਕੇ ਮੁੜ ਕੇ, ਨਹੀਂ ਉਹਨਾਂ ਨੇ ਆਪ ਬਣਾਈ ਹੈ ਜੀ। ਹਾਂਜੀ, ਉਸ ਤੋਂ ਬਾਅਦ ਕੀ ਕੀਤਾ ਇਹਨਾਂ ਨੇ ਨਾ, ਉਹਦੇ ਸਕੂਟਰ 'ਤੇ ਉਹਦੀਆਂ ਇੱਦਾਂ ਬਾਹਾਂ ਪਿੱਛੇ ਬੰਨ ਕੇ ਅਤੇ ਨਾਲ ਇੱਕ ਬੰਦਾ ਹੋਰ ਪਿੱਛੇ ਬਹਿ ਕੇ ਅਤੇ ਸਿੱਧਾ ਲੈ ਗਏ ਥਾਣੇ। ਜਿਹੜਾ ਧਰਮਪਾਲ ਸੀ ਪੁਲਿਸ ਦਾ ਟੋਟ, ਧਰਮਪਾਲ ਪੁਲਿਸ ਦਾ ਟੋਟ ਸੀ, ਉਹ ਪਹਿਲੇ ਥਾਣੇ ਬੈਠਾ ਸੀਗਾ। ਉੱਥੇ ਸੀਗਾ ASI ਅਮੀਰ ਸਿੰਘ ਅਤੇ ਨਾਲ ਸੀ HC ਹੈੱਡ ਕਾਂਸਟੇਬਲ ਰੇਸ਼ਮ। ਉੱਥੇ ਜਾ ਕੇ ਮੁੰਡੇ ਨੂੰ ਲੈ ਗਏ ਆਪ ਹੀ ਸਿੱਧਾ, ਇਹ ਲੈ ਕੇ ਜਾ ਕੇ ਨਾ ਇਹਨਾਂ ਨੇ ਕੀ ਕੀਤਾ, ਅਮੀਰ ਸਿੰਘ ਨੂੰ ਤਾਂ ਰੇਸ਼ਮ ਨੂੰ ਦੇ ਦਿੱਤਾ। ਉਹਨਾਂ ਨੇ ਫਿਰ ਭਾਈ ਦੁਬਾਰਾ ਉੱਥੇ ਜਾ ਕੇ ਕਟਾਪਾ, ਜਦੋਂ 12 ਤਰੀਕ ਨੂੰ ਹੈ ਨਾ ਜੀ, ਇੱਦਾਂ ਹੋਈ ਨਾ, 9:30 ਵਜੇ ਗਿਆ ਮੁੰਡਾ ਅਤੇ 12 ਤਰੀਕ ਨੂੰ ਅਸੀਂ ਲੱਭਦੇ ਰਹੇ ਵੀ ਮੁੰਡਾ ਸਾਡਾ ਕਿਉਂ ਨਹੀਂ ਘਰ ਆਇਆ। 2-3 ਵਾਰੀ ਫੋਨ ਕੀਤੇ, ਫੋਨ ਬੰਦ ਆਇਆ, ਸੋਚੋ। ਉਹ ਤਾਂ ਅਸੀਂ ਸਾਰੀ ਰਾਤ ਦਿਹਾੜੀ ਲੱਭਿਆ। ਅਸੀਂ ਨਾ ਫਿਰ ਪ੍ਰਧਾਨ ਅਮਰਜੀਤ ਆ ਇੱਥੇ ਜਲੰਧਰ ਦੇ BJP ਦੇ, ਅਸੀਂ ਉਹਨਾਂ ਨਾਲ ਰਾਤ ਨੂੰ 8 ਵਜੇ ਗੱਲ ਕੀਤੀ। ਮੈਂ ਕਿਹਾ ਪ੍ਰਧਾਨ ਜੀ, ਇੱਦਾਂ ਕਰਕੇ ਨਾ ਮੇਰਾ ਭਰਾ ਸਵੇਰ ਦਾ ਗੁੰਮ ਆ, ਲੱਭਦਾ ਨਹੀਂ ਪਿਆ। ਪ੍ਰਧਾਨ ਜੀ ਨੇ ਮੈਨੂੰ ਕਿਹਾ ਵੀ ਤੂੰ ਕਾਕਾ ਇੱਦਾਂ ਕਰ, ਆਦਮਪੁਰ ਜਾ ਕੇ ਕੰਪਲੇਂਟ ਲਿਖਾ। ਮੈਂ ਆਦਮਪੁਰ ਕੰਪਲੇਂਟ ਲਿਖਾਉਣ ਗਿਆ, ਮੁਨਸ਼ੀ ਨੂੰ ਮਿਲਿਆ ਜੀ ਉੱਥੇ। ਮੈਂ ਇੱਦਾਂ ਦੱਸਿਆ, ਮੈਂ ਕਿਹਾ ਮੇਰੇ ਤਾਂ ਮੇਰਾ ਬਦਲ ਨਰੇਸ਼ ਆ, ਉਹ ਲੱਭ ਨਹੀਂ ਰਿਹਾ ਸਵੇਰ ਦਾ ਵੀ ਕਿੱਥੇ ਆ। ਉਹ ਕਹਿੰਦੇ ਜੀ ਇੱਥੇ ਤਾਂ ਕੋਈ ਨਰੇਸ਼ ਨਹੀਂ ਹੈਗਾ, ਜਦਕਿ ਉੱਥੇ ਥਾਣਾ ਹੀ ਸੀਗਾ। ਮੇਰੇ ਕੋਲ ਝੂਠ ਬੋਲਿਆ ਉਹਨਾਂ ਨੇ ਅਤੇ ਮੈਂ ਕਿਹਾ ਤੁਸੀਂ ਰਿਪੋਰਟ ਲਿਖ ਲਓ ਗੁੰਮਸ਼ੁਦਗੀ ਦੀ, ਉਹਨਾਂ ਨੇ ਉਹ ਵੀ ਨਹੀਂ ਲਿਖੀ। ਫਿਰ ਮੈਂ ਪ੍ਰਧਾਨ ਜੀ ਨੂੰ ਫੋਨ ਕੀਤਾ ਬਾਹਰ ਆ ਕੇ, ਮੈਂ ਕਿਹਾ ਜੀ ਆਹ ਗੱਲ ਆ, ਉਹ ਤਾਂ ਮੈਨੂੰ ਦੱਸਦੇ ਕੁਛ ਨਹੀਂ। ਪ੍ਰਧਾਨ ਜੀ ਨੇ ਫਿਰ SHO ਜਰਨੈਲ ਸਿੰਘ ਨੂੰ ਫੋਨ ਕੀਤਾ, SHO ਜਰਨੈਲ ਸਿੰਘ ਨੇ ਮੂਹਰੇ ਇਹ ਜਵਾਬ ਦਿੱਤਾ ਜੀ ਉਹ ਮੁੰਡੇ ਕੋਲੋਂ 1 ਕਿਲੋ ਡੂਡੇ ਫੜੇ ਆ। ਤਾਂ ਪ੍ਰਧਾਨ ਜੀ ਦਾ ਮੈਨੂੰ ਫੋਨ ਆਇਆ ਵੀ ਕਮਲ ਕਹਿੰਦਾ ਉਹਦੇ ਕੋਲ 1 ਕਿਲੋ ਡੂਡੇ ਫੜੇ। ਮੈਂ ਕਿਹਾ ਉਹ ਤਾਂ ਕੰਮ ਹੀ ਨਹੀਂ ਕਰਦਾ ਕੋਈ ਇੱਦਾਂ ਦਾ। ਉਹ ਸਰ ਦੂਸਰੇ ਦਿਨ ਉਹਨਾਂ ਨੇ 13 ਤਰੀਕ ਨੂੰ 2.5 ਕਿਲੋ ਡੂਡਿਆਂ ਦਾ ਪਰਚਾ ਕੱਟ ਦਿੱਤਾ, ਦਰਜ ਕਰਤਾ। ਦਰਜ ਕਰਕੇ ਜਦੋਂ ਉਹਨੂੰ ਲੈ ਕੇ ਗਏ ਉੱਥੇ ਕੋਰਟ 'ਚ, ਅਸੀਂ ਕਿਹਾ ਵੀ ਅਸੀਂ ਮੁੰਡੇ ਦਾ ਮੈਡੀਕਲ ਕਰਾਉਣਾ ਵਾ, ਸਾਡਾ ਵਕੀਲ ਆ ਰਿਹਾ ਆ। ਮੈਨੂੰ ਉਹਨੇ ਗਾਲਾਂ ਕੱਢੀਆਂ, ਕਹਿੰਦਾ ਕੌਣ ਹੁੰਦਾ ਕਹਿੰਦਾ ਤੂੰ ਇੱਦਾਂ ਪੁੱਛਣ ਵਾਲਾ। ਮੈਂ ਕਿਹਾ ਜੀ ਮੇਰਾ ਸਾਡੇ ਵਕੀਲ ਸਾਹਿਬ ਆ ਰਹੇ, ਅਸੀਂ ਮੁੰਡੇ ਦਾ ਮੈਡੀਕਲ ਕਰਾਉਣਾ, ਮੁੰਡੇ ਸਾਡੇ ਨਾਲ ਕੁੱਟਮਾਰ ਬਹੁਤ ਹੋਈ ਆ ਅਤੇ ਉਹਨਾਂ ਨੇ ਸਾਨੂੰ ਮੈਡੀਕਲ ਕਰਾਉਣ ਨਹੀਂ ਦਿੱਤਾ। ਦਬਦਬ ਰਤਨਦੀਪ ਸਿੰਘ ਜੀ ਦੀ ਕੋਰਟ 'ਚ ਪੇਸ਼ ਕਰਕੇ ਨਾਲੋਂ ਨਾਲ ਹੀ ਉਸੇ ਵੇਲੇ ਜੇਲ੍ਹ ਲੈ ਗਏ। ਉਸ ਤੋਂ ਬਾਅਦ ਜਿਹੜੀ ਬਿਮਾਰ ਹੋਣ ਦੀ ਖਬਰ, ਉਹ ਤੀਸਰੇ ਦਿਨ ਪਤਾ ਲੱਗੀ ਵੀ ਮੁੰਡਾ ਉਹ ਸਾਡਾ ਮੁਲਾਕਾਤ 'ਤੇ ਮੇਰਾ ਬੇਟਾ ਗਿਆ ਵੱਡਾ ਅਤੇ ਇਹ ਮੇਰਾ ਬ੍ਰਦਰ ਆ, ਇਹ ਗਏ ਮੁਲਾਕਾਤ ਕਰਨ। ਉਹ ਦੇਖਿਆ ਤਾਂ ਜਾ ਕੇ ਨਾ ਉਹਦੇ ਕੋਲ ਤੁਰ ਬਿਨਾ ਹੋਵੇ ਜੀ ਅੰਦਰ। ਉਹ ਕਹਿੰਦਾ ਮੇਰੇ ਇੱਥੇ ਦਰਦਾਂ ਹੁੰਦੀਆਂ ਕਈ ਜਗ੍ਹਾ, ਉਹਨੇ ਦੱਸਿਆ, ਸਾਰੇ ਦੱਸਿਆ, ਮੈਨੂੰ ਬਹੁਤ ਕੁੱਟਿਆ, ਸਾਰਿਆਂ ਦੇ ਇਹਨੇ ਦੱਸੀ ਕਹਾਣੀ ਉੱਥੇ। ਮੁਲਾਕਾਤ ਵੀ ਬਹੁਤ ਮੁਸ਼ਕਿਲ ਕਰਨਾ ਅਤੇ ਉਹ ਫਿਰ ਕੀ ਕੀਤਾ ਉਹਨਾਂ ਨੇ, ਉਸ ਤੋਂ ਫਿਰ 4-5 ਦਿਨ ਉੱਥੇ ਦਾਖਲ ਕਰਾਇਆ ਕਪੂਰਥਲੇ। ਉਹਨਾਂ ਨੇ ਇੱਕ ਟ੍ਰੀਟਮੈਂਟ ਕੀਤਾ ਹੋਊਗਾ, ਨਹੀਂ ਸੂਤ ਆਇਆ, ਫਿਰ ਦੁਬਾਰਾ ਲੈ ਕੇ ਗਏ ਕਪੂਰਥਲੇ। ਉਹਨਾਂ ਨੇ ਅੰਮ੍ਰਿਤਸਰ ਰੈਫਰ ਕਰਤਾ, ਅੰਮ੍ਰਿਤਸਰ ਰੈਫਰ ਕੀਤਾ, ਉੱਥੇ ਜ਼ਿਆਦਾ ਸੀਰੀਅਸ ਹੋ ਗਿਆ, ਉਧਰੋਂ ਜਮਾਨਤ ਦਾ ਆਰਡਰ ਹੋ ਗਿਆ ਅਤੇ ਉਹ ਜਮਾਨਤ ਦੇ ਆਰਡਰ ਲੈ ਕੇ ਗਏ, ਉਹਨਾਂ ਨੇ ਸਾਨੂੰ ਮੁੰਡਾ ਦੇ ਦਿੱਤਾ ਇੱਦਾਂ ਹੀ। ਜਦੋਂ ਜਮਾਨਤ ਹੋ ਗਈ ਉਸ ਤੋਂ ਬਾਅਦ ਅੰਮ੍ਰਿਤਸਰ ਜਿਹੜਾ ਹੋਸਪਿਟਲ ਰੈਫਰ ਕੀਤਾ ਗਿਆ ਸੀ, ਹਾਂਜੀ, ਉੱਥੇ ਇਲਾਜ ਫਿਰ ਉਸ ਤੋਂ ਅੱਗੇ ਕੰਟੀਨਿਊ ਨਹੀਂ ਕੀਤਾ? ਨਹੀਂ ਜੀ ਕੰਟੀਨਿਊ ਕੋਈ ਇਲਾਜ ਨਹੀਂ ਕੀਤਾ। ਤੁਸੀਂ ਆਪਣੇ, ਹਾਂਜੀ, ਉਹ ਜਮਾਨਤ ਜਿਹੜੇ ਪੁਲਿਸ ਵਾਲਾ ਲੈ ਗਏ ਆਰਡਰ ਸੈਸ਼ਨ ਜੱਜ ਦੇ,
ਤੇ ਉਹ ਉਹਨਾਂ ਨੇ ਸਾਨੂੰ ਮੁੰਡਾ ਦੇ ਦਿੱਤਾ ਜੀ ਇੱਦਾਂ ਹੀ। ਪਰਸੋਂ 10 ਤਰੀਕ ਤੜਕੇ ਸਵੇਰੇ ਅਸੀਂ ਉੱਥੋਂ ਲੈ ਕੇ ਆਏ ਅੰਮ੍ਰਿਤਸਰ ਤੋਂ, ਕੱਲ 11 ਤਰੀਕ ਨੂੰ ਮੁੰਡਾ ਆਉਣਾ ਜ਼ਿਆਦਾ ਢਿੱਲਾ ਹੋ ਗਿਆ ਸੀਰੀਅਸ। ਅਸੀਂ ਐਂਬੂਲੈਂਸ ਨੂੰ ਫੋਨ ਕੀਤਾ 108 'ਤੇ, ਕੋਈ 10 ਕੁ ਵਜੇ ਦਾ ਟਾਈਮ ਹੋਣਾ, ਅਤੇ ਉੱਥੇ ਆਉਣਾ ਐਂਬੂਲੈਂਸ ਆਈ, ਉਹ ਮੁੰਡਾ ਉੱਥੇ ਹੋਸਪਿਟਲ ਜਾਂਦਾ ਜਾਂਦਾ ਹੀ ਜਾਣੀ ਕਿ ਉਹ ਡਾਕਟਰ ਸਾਹਿਬ ਕਹਿੰਦੇ ਵੀ ਇਹ ਡੈੱਡ ਹੋ ਗਿਆ। ਕਹਿੰਦਾ ਕੌਣ ਹੁੰਦਾ, ਕਹਿੰਦਾ ਤੂੰ ਇੱਦਾਂ ਇੱਦਾਂ ਪੁੱਛਣ ਵਾਲਾ। ਮੈਂ ਕਿਹਾ ਜੀ ਮੇਰਾ ਸਾਡੇ ਵਕੀਲ ਸਾਹਿਬ ਆ ਰਹੇ, ਅਸੀਂ ਮੁੰਡੇ ਦਾ ਮੈਡੀਕਲ ਕਰਾਉਣਾ, ਮੁੰਡੇ ਸਾਡੇ ਨਾਲ ਕੁੱਟਮਾਰ ਬਹੁਤ ਹੋਈ ਆ, ਅਤੇ ਉਹਨਾਂ ਨੇ ਸਾਨੂੰ ਮੈਡੀਕਲ ਕਰਾਉਣ ਨਹੀਂ ਦਿੱਤਾ। ਦਬਦਬਾ ਰਤਨਦੀਪ, ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ। ਉਹ ਰਤਨਦੀਪ ਸਿੰਘ ਜੀ ਦੀ ਕੋਰਟ 'ਚ ਪੇਸ਼ ਕਰਕੇ ਨਾਲੋਂ ਨਾਲ ਹੀ ਉਸੇ ਵੇਲੇ ਜੇਲ੍ਹ ਲੈ ਗਏ। ਉਸ ਤੋਂ ਬਾਅਦ ਜਿਹੜੀ ਬਿਮਾਰ ਹੋਣ ਦੀ ਖਬਰ, ਉਹ ਤੀਸਰੇ ਦਿਨ ਪਤਾ ਲੱਗੀ ਵੀ ਮੁੰਡਾ ਉਹ ਸਾਡਾ ਮੁਲਾਕਾਤ 'ਤੇ, ਮੇਰਾ ਬੇਟਾ ਗਿਆ ਵੱਡਾ ਅਤੇ ਇਹ ਮੇਰਾ ਬ੍ਰਦਰ ਆ, ਇਹ ਗਏ ਮੁਲਾਕਾਤ ਕਰਨ। ਉਹ ਦੇਖਿਆ ਤਾਂ ਜਾ ਕੇ ਨਾ ਉਹਦੇ ਕੋਲ ਤੁਰ ਬਿਨਾ ਹੋਵੇ ਜੀ ਅੰਦਰ, ਉਹ ਕਹਿੰਦਾ ਮੇਰੇ ਇੱਥੇ ਦਰਦਾਂ ਹੁੰਦੀਆਂ ਕਈ ਜਗ੍ਹਾ, ਉਹਨੇ ਦੱਸਿਆ, ਸਾਰੇ ਦੱਸਿਆ, ਮੈਨੂੰ ਬਹੁਤ ਕੁੱਟਿਆ, ਸਾਰਿਆਂ ਦੇ ਇਹਨੇ ਦੱਸੀ ਕਹਾਣੀ ਉੱਥੇ, ਮੁਲਾਕਾਤ ਵੀ ਬਹੁਤ ਮੁਸ਼ਕਿਲ ਕਰਨਾ। ਅਤੇ ਉਹ ਫਿਰ ਕੀ ਕੀਤਾ ਉਹਨਾਂ ਨੇ, ਉੱਤੋਂ ਫਿਰ ਚੌਥੇ ਪੰਜਵੇਂ ਦਿਨ ਉੱਥੇ ਦਾਖਲ ਕਰਾਇਆ ਕਪੂਰਥਲੇ, ਉਹਨਾਂ ਨੇ ਇੱਕ ਟ੍ਰੀਟਮੈਂਟ ਕੀਤਾ ਹੋਊਗਾ, ਨਹੀਂ ਸੂਤ ਆਇਆ, ਫਿਰ ਦੁਬਾਰਾ ਲੈ ਕੇ ਗਏ ਕਪੂਰਥਲੇ, ਉਹਨਾਂ ਨੇ ਅੰਮ੍ਰਿਤਸਰ ਰੈਫਰ ਕਰਤਾ। ਅੰਮ੍ਰਿਤਸਰ ਰੈਫਰ ਕੀਤਾ, ਉੱਥੇ ਜ਼ਿਆਦਾ ਸੀਰੀਅਸ ਹੋ ਗਿਆ, ਉੱਧਰੋਂ ਜ਼ਮਾਨਤ ਦਾ ਆਰਡਰ ਹੋ ਗਿਆ, ਅਤੇ ਉਹ ਜ਼ਮਾਨਤ ਦੇ ਆਰਡਰ ਲੈ ਕੇ ਗਏ, ਉਹਨਾਂ ਨੇ ਸਾਨੂੰ ਮੁੰਡਾ ਦੇ ਦਿੱਤਾ ਇੱਦਾਂ ਹੀ। ਜਦੋਂ ਜ਼ਮਾਨਤ ਹੋ ਗਈ ਉਸ ਤੋਂ ਬਾਅਦ ਅੰਮ੍ਰਿਤਸਰ ਜਿਹੜਾ ਹੋਸਪਿਟਲ ਰੈਫਰ ਕੀਤਾ ਗਿਆ ਸੀਗਾ, ਹਾਂਜੀ, ਉੱਥੇ ਇਲਾਜ ਫਿਰ ਉਸ ਤੋਂ ਅੱਗੇ ਕੰਟੀਨਿਊ ਨਹੀਂ ਕੀਤਾ? ਨਹੀਂ ਜੀ, ਨਹੀਂ ਕੰਟੀਨਿਊ ਕੋਈ ਇਲਾਜ ਨਹੀਂ ਕੀਤਾ। ਤੁਸੀਂ ਆਪਣੇ ਹਾਂਜੀ ਉਹ ਜ਼ਮਾਨਤ ਜਿਹੜੇ ਪੁਲਿਸ ਮੁਲਾਜ਼ਮ ਲੈ ਗਏ ਆਰਡਰ ਸੈਸ਼ਨ ਜੱਜ ਦੇ, ਅਤੇ ਉਹ ਉਹਨਾਂ ਨੇ ਸਾਨੂੰ ਮੁੰਡਾ ਦੇ ਦਿੱਤਾ ਜੀ ਇੱਦਾਂ ਹੀ। ਪਰਸੋਂ 10 ਤਰੀਕ ਤੜਕੇ ਸਵੇਰੇ ਅਸੀਂ ਉੱਥੋਂ ਲੈ ਕੇ ਆਏ ਅੰਮ੍ਰਿਤਸਰ ਤੋਂ, ਕੱਲ 11 ਤਰੀਕ ਨੂੰ ਮੁੰਡਾ ਆਉਣਾ ਜ਼ਿਆਦਾ ਢਿੱਲਾ ਹੋ ਗਿਆ ਸੀਰੀਅਸ। ਅਸੀਂ ਐਂਬੂਲੈਂਸ ਨੂੰ ਫੋਨ ਕੀਤਾ 108 'ਤੇ, ਕੋਈ 10 ਕੁ ਵਜੇ ਦਾ ਟਾਈਮ ਹੋਣਾ, ਅਤੇ ਉੱਥੇ ਆਉਣਾ ਐਂਬੂਲੈਂਸ ਆਈ, ਉਹ ਮੁੰਡਾ ਉੱਥੇ ਹੋਸਪਿਟਲ ਜਾਂਦਾ ਜਾਂਦਾ ਹੀ ਜਾਣੀ ਕਿ ਉਹ ਡਾਕਟਰ ਸਾਹਿਬ ਕਹਿੰਦੇ ਵੀ ਇਹ ਡੈੱਡ ਹੋ ਗਿਆ। ਅਸੀਂ ਉੱਥੇ ਡਿਊਟੀ ਅਫਸਰ ਸੀਗੇ ਨਰਿੰਦਰ ਸਿੰਘ ਜੀ, ਉਹਨਾਂ ਨੂੰ ਮਿਲੇ, ਅਸੀਂ ਕਿਹਾ ਜੀ ਸਾਡੇ ਨਾਲ ਇੱਦਾਂ ਦਾ ਧੱਕਾ ਹੋਇਆ, ਸਾਰਾ ਕੁਝ ਉਹਨਾਂ ਨੂੰ ਕਹਾਣੀ ਦੱਸੀ, ਉਹਨਾਂ ਨੂੰ ਵੀਡੀਓ ਵੀ ਦਿਖਾ ਲਈ, ਮੈਂ ਕਿਹਾ ਮੁੰਡੇ ਦੇ ਆ ਬਿਆਨ ਦੇਖੋ। ਜਿਹੜੀ ਵੀਡੀਓ ਤੁਸੀਂ ਗੱਲ ਕਰ ਰਹੇ ਆ, ਇਹ ਉਹਨੇ ਆਪ ਬਣਾਈ ਸੀਗੀ ਮੁੰਡੇ ਨੇ? ਨਹੀਂ ਜੀ ਨਹੀਂ, ਇਹ ਮੁੰਡਾ ਜਦੋਂ ਸਾਨੂੰ ਨਾ ਪਤਾ ਲੱਗ, ਉਹ ਮੁੰਡਾ ਜਦੋਂ ਅੰਮ੍ਰਿਤਸਰ ਇਹਨਾਂ ਨੇ ਰੈਫਰ ਕੀਤਾ ਨਾ ਜੇਲ੍ਹ ਵਾਲਿਆਂ ਨੇ, ਉਸ ਮੁੰਡੇ ਨੇ ਕਿਸੇ ਦੇ ਕੋਈ ਦਵਾਈ ਲੈਣ ਆਇਆ ਸੀ ਉੱਥੇ, ਅਤੇ ਉਹਨੇ ਕਿਸੇ ਦੇ ਕੋਲੋਂ ਫੋਨ ਕਰਾਇਆ ਵੀ ਸਾਡੇ ਘਰ ਜਿਹੜੀ ਵੀਡੀਓ ਦੀ ਗੱਲ ਕਰਦੇ, ਇਹ ਆਪ ਬਣਾਈ ਸੀ? ਨਹੀਂ, ਇਹ ਸਰ ਇਹ ਵੀਡੀਓ ਫਿਰ ਮੈਂ ਜਦੋਂ ਉੱਥੇ ਗਿਆ ਨਾ, ਮੈਨੂੰ ਪਤਾ ਲੱਗਾ, ਮੈਂ ਉਹਨੂੰ ਪੁੱਛਿਆ ਨਾ ਜਾ ਕੇ, ਮੈਨੂੰ ਤੱਕ ਮਿਲਿਆ ਨਹੀਂ ਸੀ, ਮੈਂ ਉਹਨੂੰ ਪੁੱਛਿਆ ਵੀਡੀਓ ਬਣਾਈ, ਮੈਂ ਪੁੱਛਿਆ ਮੈਂ ਤੇਰੇ ਨਾਲ ਗੱਲ ਕੀ ਹੋਈ, ਮੈਨੂੰ ਦੱਸ ਵੀ ਤੇਰੇ ਕੋਲ ਕੋਈ ਸਮਾਨ ਸੀਗਾ ਕੀ ਸੀਗਾ, ਮੈਨੂੰ ਦੱਸ ਕੀ ਗੱਲ ਹੋਈ। ਉਹ ਕਹਿੰਦਾ ਮੇਰੇ ਕੋਲ ਕੋਈ ਸਮਾਨ ਨਹੀਂ ਸੀ, ਸਭ ਕੁਛ ਇਹਨਾਂ ਦੇ ਕੋਲ ਪਹਿਲਾਂ ਤਿਆਰ ਸੀਗਾ, ਮੈਨੂੰ ਇੱਦਾਂ ਮਾਰਕੁੱਟ ਕੀਤੀ ਗਈ ਆ, ਅਤੇ ਦੂਸਰਾ ਨੰਬਰ ਕਹਿੰਦਾ ਮੈਨੂੰ ਮਾਰਕੁੱਟ ਕਰਕੇ ਮੈਨੂੰ ਸਿੱਧਾ ਹੀ ਉੱਥੇ ਬਾਹਾਂ ਬੰਨ੍ਹ ਕੇ ਅਤੇ ਮੈਨੂੰ ਥਾਣੇ ਲੈ ਗਏ ਆ ਉੱਥੇ। ਕੀ ਮੰਗ ਕਰਦੇ ਤੁਸੀਂ ਸਰ? ਅਸੀਂ ਤਾਂ ਸਰਕਾਰ ਕੋਲੋਂ ਮੰਗ ਕਰਦੇ ਹਾਂ, ਜਿਹੜੇ ਪੁਲਿਸ ਮੁਲਾਜ਼ਮ ਆ ਜਿਨ੍ਹਾਂ ਨੇ ਮਾਰਕੁੱਟ ਕੀਤੀ ਆ, ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰਕੇ ਉਹਨਾਂ 'ਤੇ ਪਰਚਾ ਦਰਜ 302 ਦਾ ਕੀਤਾ ਜਾਵੇ। ਦੂਸਰਾ ਨੰਬਰ ਆ ਜਿਹੜੇ ਨਕਲੀ ਪੁਲਿਸ ਵਾਲੇ ਬਣੇ ਸੀ ਸਟਾਫ ਵਾਲੇ, ਉਹਨਾਂ 'ਤੇ ਵੀ 302 ਦਾ ਪਰਚਾ ਕੀਤਾ ਜਾਵੇ। ਮੇਰੇ ਭਰਾ ਦਾ ਕਤਲ ਹੋਇਆ ਜੀ। ਉੱਧਰ SPD ਹੈੱਡਕੁਆਰਟਰ ਰਵਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਇਮਾਨਦਾਰੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਹ ਇਸ ਤਰ੍ਹਾਂ ਹੈਗਾ, NDPS ਦਾ ਮੁਕੱਦਮਾ ਦਰਜ ਸੀਗਾ, 1.5-2 ਮਹੀਨੇ ਪੁਰਾਣੀ ਗੱਲ ਹੈ। ਉਸ ਤੋਂ ਬਾਅਦ ਬੰਦਾ ਕੋਰਟ 'ਚ ਪੇਸ਼ ਕੀਤਾ, ਕੋਰਟ ਪੇਸ਼ ਕਰਨ ਤੋਂ ਬਾਅਦ ਉਹਨੂੰ ਜੇਲ੍ਹ ਚਲਾ ਗਿਆ, ਉਸ ਤੋਂ ਬਾਅਦ ਉਹਦੀ ਜ਼ਮਾਨਤ ਹੋ ਗਈ। ਜ਼ਮਾਨਤ ਹੋਣ ਤੋਂ ਬਾਅਦ ਕਾਫ਼ੀ ਦੇਰ ਬਾਅਦ ਉਹ ਦੱਸ ਰਿਹਾ ਵੀ ਉਹ ਠੀਕ ਨਹੀਂ ਸੀਗਾ, ਉਹ ਐਡਮਿਟ ਸੀਗਾ ਹੋਸਪਿਟਲ, ਅਤੇ ਉਹਦੀ ਕਿਤੇ ਡੈੱਥ ਹੋ ਗਈ ਆ। ਅਤੇ ਉਹ ਉਹਨਾਂ ਦਾ ਐਲੀਗੇਸ਼ਨ ਜਿਹੜਾ ਸੀਗਾ, ਅਸੀਂ ਉਹ ਬਿਆਨ ਲੈ ਲਏ ਉਹਦੇ। ਉਹਨਾਂ ਦਾ ਕਹਿਣਾ ਹੈ ਕਿ ਵੀ ਕੁੱਟਮਾਰੇ ਦੀ ਹੋਈ ਸੀ, ਪਰ ਅਸੀਂ ਉਹ ਜਦੋਂ ਵੀ ਕੋਈ ਬੰਦਾ ਅਰੈਸਟ ਕਰਦੇ ਹਾਂ ਬਕਾਇਦਾ ਉਹਦੀ ਮੈਡੀਕਲ ਕਰਾ ਕੇ ਹੀ ਉਹਨੂੰ ਪੇਸ਼ ਕੀਤਾ ਜਾਂਦਾ ਕੋਰਟ 'ਚ, ਫਿਰ ਉਹ ਜੇਲ੍ਹ 'ਚ ਵੀ ਛੱਡਿਆ ਜਾਂਦਾ ਮੈਡੀਕਲ ਕਰਾ ਕੇ। ਔਰ ਇਹਦੇ ਬਾਰੇ ਉਹਨਾਂ ਦਾ ਬਿਆਨ ਹੋ ਗਏ ਆ, ਉਹਦੇ 'ਚ ਬੋਰਡ ਤੋਂ ਪੋਸਟਮਾਰਟਮ ਹੋ ਰਿਹਾ, ਬਾਕੀ ਜੋ ਵੀ ਉਹਦੀ ASP ਆਦਮਪੁਰ ਉਹਦੀ ਜਾਂਚ ਕਰ ਰਿਹਾ, ਜੋ ਵੀ ਉਹਦੀ ਜਾਂਚ ਵਿੱਚ ਗੱਲ ਸਾਹਮਣੇ ਆਏਗੀ ਉਸ ਹਿਸਾਬ ਨਾਲ ਕਰ ਦਿੱਤੀ ਜਾਏਗੀ। ਜਾਂਚ ਹੋਏਗੀ, ਜਾਂਚ ਵਿੱਚ ਅਗਰ ਕੋਈ ਗੱਲ ਕੋਈ ਵੀ ਕਿਸੇ ਖਿਲਾਫ਼ ਫਾਲਟ ਪਾਇਆ ਜਾਂਦਾ, ਉਹਦੀ ਬਕਾਇਦਾ ਇਸ ਪਰ ਲਾ ਕਰਦੀ ਜਾਏਗੀ।